ਮੈਂ ਤਾਂ ਆਂਟੀ ਮੇਨ ਇਹ ਗੱਲ ਆਈ ਸੀਗੀ ਤੁਹਾਡੇ ਕੋਲੇ, ਤੁਹਾਨੂੰ ਪਤਾ ਵਾ ਆ ਜੀਤੇ ਦੀ ਕੁੜੀ ਆ, ਦੁਬਾਰਾ ਵਿਆਹੀ ਸੀ ਆ, ਫੇਰ ਆਈ ਬੈਠੀ ਆ ਘਰੇ ਹੁਣ। ਲਪ੍ਰੀਤ। ਹਾਂਜੀ ਹਾਂਜੀ ਮੰਮੀ। ਮੈਂ ਕਿਹਾ ਸਬਜ਼ੀ ਦੇ ਦਿੰਦੇ ਮੈਨੂੰ ਕੱਟਣ ਨੂੰ, ਤੂੰ ਸਬਜ਼ੀ ਕੱਟ ਦਿੰਦੀ। ਉਹ ਮੰਮੀ ਮੈਂ ਸਬਜ਼ੀ ਤਾਂ ਕੋਈ ਲਈ ਨਹੀਂ ਹੈਗੀ, ਮੈਂ ਤਾਂ ਰਾਜਮਾਂ ਭਿਉਂਤੇ ਸੀਗੇ। ਆਈ ਕਰਦੀ ਮੈਂ ਤੁਹਾਨੂੰ ਆਲੂ ਪਿਆਜ਼ ਫੜਾ ਦਿੰਦੀ, ਤੁਸੀਂ ਉਹ ਕੱਟ ਲਿਓ। ਨਾਲ ਮੰਮੀ ਚੌਲ ਬਣਾ ਲਾਂਗੇ ਆਪਾਂ, ਰਾਜਮਾਂਹ ਚੌਲ ਜਵਾਕਾਂ ਨੂੰ ਬਹੁਤ ਸਵਾਦ ਲੱਗਦੇ ਨੇ। ਮੈਂ ਨਹੀਂ ਚੌਲ ਖਾਣੇ ਹੈਗੇ, ਤੈਨੂੰ ਪਤਾ ਤਾਂ ਹੈ ਮੈਂ ਨਹੀਂ ਖਾਂਦੀ ਹੈਗੀ, ਮੈਂ ਤਾਂ ਰੋਟੀ ਖਾਊਂਗੀ। ਕੋਈ ਨਾ ਕੋਈ ਨਾ ਮੰਮੀ, ਮੈਨੂੰ ਪਤਾ ਹੀ ਆ, ਮੈਂ ਨਾਲ ਫੁਲਕੇ ਵੀ ਬਣਾਉਂਗੀ ਅਤੇ ਨਾਲ ਚੌਲ ਬਣਾਉਂਗੀ ਜਵਾਕਾਂ ਕਰਕੇ, ਫੜਾ ਦਿੰਦੀ ਹਾਂ ਮੈਂ ਤੁਹਾਨੂੰ ਸਬਜ਼ੀ। ਫੜਾ ਦੇ ਆਲੂ ਮੰਮੀ, ਮੈਂ ਚਾਹ ਬਣਾ ਕੇ ਲਿਆਉਂਦੀ। ਕੋਈ ਨਾ। ਰਜਾਈ ਚ ਬਾਹਰ ਨਿਕਲਣ ਜੀ ਕਰਦਾ, ਹੱਥ ਲਾਉਣ ਨੂੰ ਦਿਲ ਨੀ ਕਰਦਾ। ਹੋਰ ਮੈਂ ਕਿਹਾ ਆਂਟੀ ਦਿਸੀ ਨੀ ਮੈਨੂੰ ਕਿਤੇ, ਚੱਲ ਮੈਂ ਹੀ ਮਿਲ ਆਉਂਦੀ ਆ। ਮੇਰਾ ਦਿਲ ਹੀ ਨੀ ਕਰਦਾ ਬਾਹਰ ਨਿਕਲਣ, ਚੱਲ ਵਧੀਆ ਕੀਤਾ ਤੂੰ ਆ ਗਈ। ਹਾਂਜੀ ਹੋਰ ਸੁਣਾਓ ਆਂਟੀ ਗੱਲਬਾਤ ਕਿੱਦਾਂ, ਘਰੇ ਠੀਕ ਠਾਕ ਨੇ ਸਾਰੇ? ਹਾਂ ਹਾਂ ਠੀਕ ਆ, ਤੂੰ ਦੱਸ ਆਪਣਾ ਕੰਮ ਕਰ ਕਿਵੇਂ ਆ? ਠੀਕ ਆ ਵਧੀਆ। ਦੀਦੀ ਹੈ ਨੀ ਅੰਦਰ? ਅੰਦਰ ਹੀ ਸੀਗੀ, ਮੈਂ ਇਹਨੂੰ ਕਿਹਾ ਸੀਗਾ, ਕਹਿੰਦੀ ਮੰਮੀ ਮੈਂ ਰਾਜਮਾਂਹ ਚੌਲ ਬਣਾ ਦਾ ਜਵਾਕਾਂ ਨੂੰ, ਹੁਣ ਤਾਂ ਭਾਈ ਮੈਂ ਤਾਂ ਚੌਲ ਖਾਣੇ ਨੀ ਹੈਗੇ, ਲਿਆ ਮੈਨੂੰ ਫੜਾ ਦੇ ਸਮਾਨ, ਮੈਂ ਕੱਟ ਕੇ ਦੇ ਦਿੰਦੀ ਹਾਂ, ਬਣਾ ਲਾ ਤੂੰ ਜਵਾਕਾਂ ਨੂੰ, ਮੈਂ ਤਾਂ ਰੋਟੀ ਖਾਊਂਗੀ। ਹਾਂ ਹਾਂ ਚਲੋ ਵਧੀਆ ਆਂਟੀ। ਮੈਂ ਤਾਂ ਆਂਟੀ ਮੇਨ ਇਹ ਗੱਲ ਆਈ ਸੀਗੀ ਤੁਹਾਡੇ ਕੋਲੇ, ਤੁਹਾਨੂੰ ਪਤਾ ਵਾ ਆ ਜੀਤੇ ਦੀ ਕੁੜੀ ਆ, ਦੁਬਾਰਾ ਵਿਆਹੀ ਸੀ ਆ, ਫੇਰ ਆਈ ਬੈਠੀ ਆ ਘਰੇ ਹੁਣ। ਨਹੀਂ ਮੈਨੂੰ ਤਾਂ ਨੀ ਪਤਾ ਕਿਸੇ ਗੱਲ ਦਾ, ਕੀ ਗੱਲ ਹੋ ਗਈ? ਪਤਾ ਨੀ ਆਂਟੀ ਕੀ ਗੱਲ ਹੋਈ ਆ ਕੀ ਨਹੀਂ ਹੋਈ, ਜਿੱਥੇ ਪਹਿਲਾਂ ਵਿਆਹੀ ਸੀਗੀ ਉੱਥੇ ਵੀ ਛੱਡ ਛੱਡਈਆ ਹੋ ਗਿਆ, ਲੜ ਲੁੜ ਕੇ ਉੱਥੋਂ ਵੀ ਆ ਗਈ, ਤੇ ਹੁਣ ਦੂਜੀ ਜਗ੍ਹਾ ਵਿਆਹੀ ਸੀਗੀ ਉੱਥੋਂ ਵੀ ਘਰੇ ਆਈ ਬੈਠੀ ਆ ਹੁਣ। ਪਹਿਲਾਂ ਦਾ ਤਾਂ ਮੈਨੂੰ ਪਤਾ ਵਾ, ਹੁਣ ਦਾ ਨੀ ਪਤਾ ਹੈਗਾ। ਮੈਨੂੰ ਤਾਂ ਲੱਗਦਾ ਆਂਟੀ ਆਪ ਹੀ ਨੀ ਸਹੀ ਹੈਗੀ ਇਹ। ਉਹੀ ਗੱਲ ਆ, ਲੜਾਕੀ ਤਾਂ ਇੰਨੀ ਆ ਕਿਸੇ ਨਾਲ ਨੀ ਕੱਟਦੀ ਹੈਗੀ। ਬਸ ਫਿਰ ਉੱਥੇ ਵੀ ਨੀ ਕੱਟੀ ਹੋਣੀ ਇਹਨੇ, ਆਹੀ ਗੱਲ ਹੋਊਗੀ। ਇਹ ਤਾਂ ਆਂਟੀ ਮਾਂ ਬਾਪ ਨੂੰ ਚਾਹੀਦਾ ਵਾ, ਥਾਂ ਥਾਂ ਵਿਆਹੀ ਜਾਂਦੇ ਨੇ, ਘਰੇ ਬਿਠਾ ਲੈਣ, ਜਾਂ ਤੁਹਾਨੂੰ ਪਤਾ ਤੁਹਾਡੀ ਧੀ ਕਿਸੇ ਨਾਲ ਕੱਟਦੀ ਨੀ ਹੈਗੀ। ਉਹੀ ਤਾਂ ਗੱਲ ਆ, ਸੋਚਣਾ ਚਾਹੀਦਾ ਉਹਨਾਂ ਨੂੰ। ਮਾਂ ਬਾਪ ਦੀ ਇੱਜ਼ਤ ਦਾ ਵੀ ਧੀ ਪੁੱਤ ਨੂੰ ਖਿਆਲ ਹੋਣਾ ਚਾਹੀਦਾ, ਵੀ ਜੇ ਮੈਂ ਦੂਜੀ ਵਾਰ ਮੇਰੇ ਮਾਂ ਬਾਪ ਨੇ ਮੈਨੂੰ ਵਿਆਹਿਆ ਸੀ ਵੀ ਆਪਣਾ ਮੂੰਹ ਬੰਦ ਕਰਕੇ ਇੱਥੇ ਵੀ ਰਹਿ ਲਾ, ਮੈਂ ਉੱਥੇ ਵੀ ਉਹੀ ਕੁਛ ਕਰਦੀ ਆ ਦੇਖ ਲਾ। ਬਸ ਫਿਰ ਆਹੀ ਗੱਲ ਹੋਣੀ ਆ। ਫਿਰ ਅਗਲਾ ਕਹਿ ਦਿੰਦਾ ਜੀ ਲੋਕ ਸਾਡੀਆਂ ਗੱਲਾਂ ਕਰਦੇ ਨੇ, ਗੱਲਾਂ ਕਰਨ ਵਾਲੇ ਤੁਸੀਂ ਕੰਮ ਕਰਾਉਂਦੇ ਤਾਂ ਹੀ ਲੋਕ ਗੱਲਾਂ ਕਰਦੇ, ਲੋਕਾਂ ਨੇ ਤਾਂ ਗੱਲਾਂ ਆਪੇ ਹੀ ਕਰਨੀਆਂ ਨੇ ਫਿਰ। ਹੋਰ ਮੈਨੂੰ ਤਾਂ ਐਂ ਦਿਮਾਗ ਤੇ ਗੱਲ ਚੜੀ ਪਈ ਸੀ, ਮੈਂ ਕਿਹਾ ਪੁੱਛ ਕੇ ਆਵਾਂ ਆਂਟੀ ਨੂੰ ਵੀ ਆਹ ਗੱਲ ਸੱਚੀ ਆ। ਮੈਨੂੰ ਤਾਂ ਪਤਾ ਹੀ ਨਹੀਂ ਹੈਗਾ, ਮੈਂ ਤਾਂ ਤੈਨੂੰ ਦੱਸਿਆ ਬਾਹਰ ਹੀ ਨਹੀਂ ਨਿਕਲਦੀ ਠੰਡ ਕਰਕੇ। ਅੱਛਾ ਮੈਨੂੰ ਨਹੀਂ ਪਤਾ ਹੈਗਾ, ਉਹ ਤਾਂ ਆਪਸ ਵਿੱਚ ਕੁੜੀ ਮੁੰਡੇ ਨੂੰ ਚਾਹੀਦਾ ਵਾ, ਪਰਾਹੁਣੇ ਨਾ ਜੇ ਪਰਾਹੁਣੇ ਨਾ ਬਣਦੀ ਆ, ਚੱਲ ਕੋਈ ਨਾ ਜੇ ਸੱਸ ਸਹੁਰਾ ਬੋਲ ਵੀ ਲੈਂਦੇ ਨੇ ਤਾਂ ਉਹਨੂੰ ਕੁੜੀ ਨੂੰ ਕੱਟਣਾ ਚਾਹੀਦਾ ਵੀ ਮੇਰਾ ਬੰਦਾ ਤਾਂ ਸਹੀ ਆ, ਕਿ ਜਦੋਂ ਹੁਣ ਬੰਦਾ ਜੇ ਨਾ ਸਹੀ ਹੋਇਆ ਫਿਰ ਭਾਈ ਕੀ ਕਹਿਣਾ ਆਪਾਂ, ਕਿਹੜਾ ਹੁਣ ਕਹਿੰਦੇ ਹੁੰਦੇ ਪੁੱਛਿਆ ਉਹਨੂੰ ਵੀ ਕੀ ਗੱਲਬਾਤ ਆ ਕੀ ਨਹੀਂ। ਚੱਲ ਆਂਟੀ ਮੰਨ ਲੈਣੇ ਆ ਵੀ ਸੱਸ ਸਹੁਰੇ ਨਾਲ ਕੱਟਦੀ ਨੀ ਹੈਗੀ, ਪਰ ਸਾਰੇ ਬੰਦੇ ਤਾਂ ਨੀ ਮਾੜੇ ਹੋਣਗੇ, ਜੇ ਇੱਕ ਬੰਦਾ ਮਾੜਾ ਹੋਊਗਾ ਤਾਂ, ਜੇ ਬੰਦਾ ਕਿਸੇ ਨਾਲ ਕੱਟਦਾ ਨੀ ਇਹਦਾ ਮਤਲਬ ਇਹੀ ਆ ਕਿ ਉਹ ਆਪ ਮਾੜਾ ਵਾ, ਜਿਹੜਾ ਕਿਸੇ ਨਾਲ ਕੱਟ ਨਹੀਂ ਸਕਦਾ। ਇਹੀ ਆ, ਹੋਰ ਕੀ ਆ, ਆਪ ਹੀ ਮਾੜੀ ਆ ਫਿਰ, ਆਪ ਹੀ ਨੀ ਕੱਟਦੀ ਹੈਗੀ, ਚੱਲਦੀ ਨੀ ਹੋਣੀ ਗੱਲ ਕੋਈ, ਜੇ ਮਾੜੀ ਮੋਟੀ ਕਹਿੰਦੇ ਹੋਣਗੇ, ਚੱਲਣੀ ਪੈਂਦੀ ਆ, ਇਹ ਪੇਕੇ ਘਰ ਵਰਗੀ ਰੀਸ ਨੀ ਹੁੰਦੀ ਹੈਗੀ ਵੀ ਸਹੁਰੇ ਘਰ ਵੀ ਇੱਕ ਨੀ ਚੱਲੀ ਜਾਊਗਾ। ਉਹੀ ਕਈ ਵਾਰੀ ਕੁੜੀਆਂ ਨੂੰ ਇੰਨਾ ਹੁੰਦਾ ਵਾ ਨਾ, ਜਿਵੇਂ ਪੇਕੇ ਘਰ ਕਰਦੀਆਂ ਨੇ ਉਹ ਕੁੜੀ ਸਹੁਰੇ ਕਰਨ ਲੱਗ ਜਾਂਦੀਆਂ ਨੇ ਵੀ ਕਹਿੰਦੀ ਮੇਰਾ ਹੀ ਆਰਡਰ ਚੱਲੂਗਾ, ਮੇਰਾ ਹੀ ਹੁਕਮ ਚੱਲੂਗਾ। ਇੱਕਣ ਕੋਈ ਨੀ ਬਗਾਨਾ ਪੁੱਤ ਸਹਿੰਦਾ ਹੁੰਦਾ, ਨਾ ਪੁੱਤ ਸਹੇ ਨਾ ਬਗਾਨਾ ਸੱਸ ਸਹੁਰਾ ਸਹੇ। ਆਹੋ ਆਂਟੀ ਤੁਹਾਡੀਆਂ ਗੱਲਾਂ ਵੀ ਸਹੀ ਨੇ ਸਾਰੀਆਂ, ਹੁਣ ਕੀ ਕਰ ਸਕਦੇ ਆ ਜਦ ਅਗਲੀ ਨੇ ਕਿਸੇ ਨਾਲ ਕੱਟਦੀ ਹੈਗੀ। ਨਾ ਪ੍ਰੀਤੀ ਮੈਨੂੰ ਇਹ ਗੱਲ ਦੱਸ,
ਤੂੰ ਇੱਥੇ ਆਂਟੀ ਦਾ ਹਾਲ ਚਾਲ ਪੁੱਛਣ ਆਉਣੀ ਆ ਕਿ ਲੋਕਾਂ ਦੀਆਂ ਚੁਗਲੀਆਂ ਕਰਨ ਆਉਣੀ ਆ? ਤੂੰ ਮੈਨੂੰ ਇਹ ਗੱਲ ਦੱਸ, ਤੂੰ ਕਿੰਨਾ ਕੁ ਆਪਣੇ ਸਹੁਰਿਆਂ ਨਾਲ ਵਧੀਆ ਕੱਟ ਲਿਆ? ਰੋਜ਼ ਕਲੇਸ਼ ਰਹਿੰਦਾ ਸੀ ਤੁਹਾਡੇ ਘਰੇ, ਅੱਡ ਹੋ ਗਈ, ਆ ਸੱਸ ਬਿਮਾਰ ਪਈ ਆ ਮੰਜੇ ਤੇ, ਇੱਕ ਦਿਨ ਉਹਨੂੰ ਪਾਣੀ ਦਾ ਘੁੱਟ ਨੀ ਪੁੱਛਿਆ ਹੈਗਾ, ਆ ਹੁਣ ਤੇਰੀ ਘਰ ਵਾਲੇ ਨਾਲ ਵੀ ਲੜਾਈ ਰਹਿੰਦੀ ਆ। ਕੀ ਗੱਲ, ਤੂੰ ਬਹੁਤ ਸੋਹਣਾ ਕੱਟਦੀ ਆ, ਤੂੰ ਕਿਵੇਂ ਕਿਸੇ ਨੂੰ ਕਹਿ ਸਕਦੀ ਆ? ਕੀ ਪਤਾ ਅਗਲਿਆਂ ਦੀ ਧੀ ਕਿਵੇਂ ਹੋਵੇ ਕਿਵੇਂ ਨਾ ਹੋਵੇ, ਕੀ ਦੁੱਖ ਤਕਲੀਫ ਆ ਕੀ ਨਹੀਂ। ਮਾਂ ਪਿਓ ਦਾ ਕਿਤੇ ਜੀ ਕਰਦਾ ਵਾ ਵੀ ਬਾਰ ਬਾਰ ਥਾਂ ਥਾਂ ਵਿਆਹੀ ਜਾਵੇ? ਉਹਨਾਂ ਨੂੰ ਪੁੱਛ ਕੇ ਦੇਖ ਵੀ ਕਿਵੇਂ ਅਗਲਾ ਦੁਖੀ ਆ। ਤੇਰੀਆਂ ਤਾਂ ਗੱਲਾਂ ਹੋ ਗਈਆਂ, ਇੱਥੇ ਕਰ ਲਈਆਂ ਉੱਥੇ ਕਰ ਲਈਆਂ, ਤੈਨੂੰ ਕੋਈ ਕੰਮ ਦਾ ਹੈ ਨੀ, ਵਿਹਲੀ ਆ ਘਰੇ, ਦੋ ਸਵੇਰੇ ਪਕਾ ਲਈਆਂ ਤੇ ਚੱਲ ਵੀ ਘਰ ਨਾਲ ਤੋਰ ਤਾਂ ਕੰਮ ਤੇ ਹੁਣ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੀ ਚੁਗਲੀਆਂ ਕਰ ਲਓ, ਫਿਰ ਫਲਾਣੇ ਦੇ ਘਰੇ ਜਾ ਕੇ ਫਲਾਣੇ ਦੀ ਚੁਗਲੀਆਂ ਕਰ ਲਓ। ਹੋਰ ਤਾਂ ਤੈਨੂੰ ਕੋਈ ਕੰਮ ਹੈ ਨੀਗਾ, ਜੇ ਸਹੁਰਿਆਂ ਦੇ ਵਿੱਚ ਰਹਿੰਦੀ ਹੁੰਦੀ ਨਾ ਤਾਂ ਤੈਨੂੰ ਪਤਾ ਲੱਗਦਾ ਵੀ 2 ਮਿੰਟ ਤਾਂ ਬਾਹਰ ਨਿਕਲਦਾ ਵਿਹਲ ਨੀ ਹੁੰਦਾ, ਅਗਲਾ ਸਿੱਧੀ ਅੱਖ ਹੁੰਦੀ ਤੇਰੇ ਤੇ, ਤੂੰ ਡਰੀ ਨੀ ਕਿਸੇ ਤੋਂ, ਆਪਦੇ ਬਾਰੇ ਦੇਖ ਲਾ ਤੂੰ, ਪਹਿਲਾਂ ਆਪਦੇ ਮੰਜੇ ਥੱਲੇ ਸੋਟੀ ਮਾਰ, ਅਖ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਜਿਹਦੇ ਚ ਪਹਿਲਾਂ ਹੀ ਇੰਨੇ ਛੇਦ ਨੇ। ਮਾੜਾ ਮੋਟਾ ਤਾਂ ਸੋਚ ਲੈਂਦੀ ਵੀ ਮੈਂ ਚੁਗਲੀ ਕਰਦੀ ਆ ਅਗਲਿਆਂ ਦੀ। ਚੱਲ ਕੋਈ ਨਾ ਲਵਪ੍ਰੀਤ, ਬਸ ਚੁੱਪ ਕਰ, ਕੋਈ ਨਾ, ਇਹ ਤਾਂ ਉਦਾਂ ਹੀ ਮੇਰੇ ਨਾਲ ਗੱਲ ਕਰਦੀ ਸੀ। ਮੰਮੀ ਉਦਾਂ ਹੀ ਗੱਲ ਕਰਨ ਦੀ ਗੱਲ ਨੀ, ਆਪਦਾ ਤਾਂ ਹਿੱਸਾ ਪਾਇਆ ਵਿੱਚ, ਤੇਰਾ ਵੀ ਪਵਾ ਲਿਆ ਚੁਗਲੀਆਂ ਦਾ, ਅਸ ਤਾਂ ਜਾਂਦੇ ਨੀ ਕਿਸੇ ਕੋਲ ਬਾਹਰ, ਉਹ ਤਾਂ ਹੁਣ ਪਤਾ ਹੀ ਆ ਸਾਰੇ। ਚੱਲ ਆਂਟੀ ਰਹਿਣ ਦੇ, ਪਤਾ ਨੀ ਕੀ ਖਵਾਇਆ ਅੱਜ ਇਹਨੂੰ, ਜਿਹੜੀ ਲੱਗੀ ਹੋਈ ਆ ਬੋਲਣ ਮੈਨੂੰ, ਜਾਂਦੀ ਆ ਮੈਂ ਤਾਂ। ਕੀ ਖਵਾਇਆ ਨੀ, ਬੰਦਾ ਆਵੇ ਚਾਹ ਪਾਣੀ ਪੀਵੇ ਉਹ ਸਹੀ ਲੱਗਦਾ, ਨਾ ਕਿ ਤੂੰ ਚੁਗਲੀਆਂ ਕਰਨ ਆਵੇ ਇੱਥੇ। ਨਾ ਮੈਨੂੰ ਨੀ ਲੋੜ ਹੈਗੀ ਚਾਹ ਪਾਣੀ ਦੀ। ਚੰਗਾ ਆਂਟੀ, ਸਤਿ ਸ਼੍ਰੀ ਅਕਾਲ, ਮੈਂ ਜਾਂਦੀ ਆ। ਬਹਿ ਜਾ ਤੂੰ, ਚਾਹ ਦੀ ਗੱਲ ਕਹੀ ਤਾਂ ਬੁਰੀ ਲੱਗਦੀ ਆ। ਮੰਮੀ ਮੇਰੀ ਗੱਲ ਸੁਣ, ਤੁਹਾਨੂੰ ਕਿਤੇ ਇਹਦੇ ਬਾਰੇ ਕੁਝ ਪਤਾ ਨਹੀਂ ਹੈਗਾ, ਤੁਸੀਂ ਕਿਵੇਂ ਉਹਦੇ ਵਿੱਚ ਹਿੱਸਾ ਪਾਉਣ ਬੈਠ ਗਏ? ਅੱਜ ਇੱਥੋਂ ਸੁਣ ਕੇ ਸਾਡੇ ਘਰ ਦੀਆਂ ਗੱਲਾਂ ਤੇਰੇ ਮੂੰਹੋਂ ਸੁਣਨੀਆਂ ਸੀ ਉਹਨੇ, ਵੀ ਇਹਨਾਂ ਦੇ ਘਰ 'ਚ ਕੀ ਚੱਲਦਾ, ਫਿਰ ਉਹ ਬਾਹਰ ਜਾ ਕੇ ਕਰਨੀਆਂ ਸੀ, ਕਦੇ ਕਿਸੇ ਦੀਆਂ ਕਦੇ ਕਿਸੇ ਦੀਆਂ। ਤੁਸੀਂ ਤਾਂ ਮਾੜਾ ਮੋਟਾ ਸੋਚ ਲਓ, ਤੁਹਾਨੂੰ ਇੰਨਾ ਤਾਂ ਪਤਾ ਵੀ ਉਹਦੇ ਘਰ ਦੇ ਕਿੰਨੇ ਕੁ ਮਾੜੇ ਨੇ, ਜਿਹਦੀ ਕੁੜੀ ਦੀਆਂ ਇਹ ਗੱਲਾਂ ਕਰਦੀ ਆ, ਉਹਦੀ ਮੰਮੀ ਕਿੰਨੀ ਚੰਗੀ ਆ ਵਿਚਾਰੀ, ਉਹਨੇ ਕਦੇ ਕਿਸੇ ਕੋਲ ਗੱਲ ਕਰਦੇ ਸੁਣਿਆ? ਉਹ ਤਾਂ ਵਿਚਾਰੀ ਰੋਂਦੀ ਵਿਲਕਦੀ ਫਿਰਦੀ ਆ ਆਪਦੀ ਧੀ ਕਰਕੇ। ਗੱਲਾਂ ਕਰਦੀਆਂ ਮੰਮੀ ਬਹੁਤ ਸੌਖੀਆਂ ਹੁੰਦੀਆਂ ਨੇ, ਤੁਹਾਨੂੰ ਵੀ ਪਤਾ ਹੀ ਆ ਕਿ ਜਿਹੜੇ ਦੁੱਖ ਤਕਲੀਫ ਕਰਮਾਂ ਦੇ ਵਿੱਚ ਧਰੇ ਹੁੰਦੇ ਨੇ ਉਹ ਤਾਂ ਆ ਕੇ ਹੀ ਰਹਿਣੇ ਹੁੰਦੇ ਨੇ, ਕੀ ਪਤਾ ਮੰਮੀ ਅਗਲੇ ਕਿੰਨਾ ਪੂਰਾ ਸਲੂਕ ਕਰਦੇ ਹੋਣ। ਚੱਲ ਇਹ ਵੀ ਮੰਨ ਲੈਂਦੇ ਹਾਂ ਵੀ ਪਹਿਲਾਂ ਵੀ ਵਿਆਹੀ ਹੋਈ ਸੀਗੀ ਕਿਤੇ ਹੋਰ ਵੀ ਉੱਥੇ ਵੀ ਨਹੀਂ ਕੱਟਿਆ ਹੈਗਾ, ਵਿਚਾਰੀ ਦੇ ਕਰਮ ਹੀ ਇਹੋ ਜਿਹੇ ਨੇ, ਕੀ ਕਰ ਸਕਦੇ ਆ। ਚਲੋ ਕੋਈ ਨਾ, ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਪਿੰਡ ਤੇ ਆ ਕੇ, ਤਾਂ ਕਰਮ ਜਿਵੇਂ ਜਿੱਥੇ ਕਿਤੇ ਸੰਯੋਗ ਹੁੰਦਾ ਧੀ ਪੁੱਤ ਦੇ ਕਰਮਾਂ ਚ ਲਿਖਿਆ ਹੋਇਆ ਉਹ ਹੋ ਕੇ ਹੀ ਰਹਿੰਦਾ। ਤੇ ਫੇਰ ਤੁਸੀਂ ਸਭ ਕੁਛ ਜਾਣਦੇ ਹੋਏ ਜਿਉਂ ਉਹਦੇ ਵਿੱਚ ਵਾੜ ਦੇਣ ਲੱਗੇ ਹੋ, ਹਟਦੇ ਹੀ ਨਹੀਂ ਹਟਦੇ ਨਹੀਂ, ਮੈਂ ਕਦੀ ਸੁਣੀ ਜਾਂਦੀ ਹਾਂ ਵੀ ਚੱਲ ਕੋਈ ਹੋਰ ਗੱਲ ਕਰ ਲੈਣਗੀਆਂ ਇਹ। ਉਹ ਤਾਂ ਮੈਨੂੰ ਦੱਸਦੀ ਸੀਗੀ ਵੀ ਇੱਕਣ ਵੀ ਆਂਟੀ ਤੁਹਾਨੂੰ ਪਤਾ ਵਾ, ਮੈਂ ਕਿਹਾ ਭਾਈ ਮੈਂ ਤਾਂ ਬਾਹਰ ਨੀ ਨਿਕਲਦੀ, ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ। ਮੈਂ ਹੋਰ ਕੋਈ ਗੱਲ ਕਰਨੀ ਨਹੀਂ ਸੀ ਆਈ ਹੈਗੀ, ਉਹ ਤਾਂ ਗੱਲ ਹੀ ਉਹਨਾਂ ਦੀ ਕਰਨ ਆਈ ਸੀਗੀ। ਮੰਮੀ ਕੀ ਲੋੜ ਪਈ ਐਵੇਂ ਅਗਲੇ ਦੀਆਂ ਗੱਲਾਂ ਕਰਨ ਦੀ? ਕੋਈ ਪਤਾ ਨੀ ਹੁੰਦਾ ਕਿਹੜੇ ਵੇਲੇ ਕਿਹਦੇ ਤੇ ਮਾੜਾ ਟਾਈਮ ਆ ਜਾਵੇ, ਇਹ ਨੀ ਪਤਾ। ਤੇ ਫੇਰ ਆਪਾਂ ਕਾਹਨੂੰ ਕਿਸੇ ਦੀਆਂ ਗੱਲਾਂ ਕਰਦੀਆਂ ਨੇ, ਲੋੜ ਹੀ ਨੀ। ਮੇਰੀ ਗੱਲ ਸੁਣੋ ਮੰਮੀ, ਗਾਂ ਤੋਂ ਜਦੋਂ ਵੀ ਆਊਗੀ ਨਾ ਉਹਨੂੰ ਤਾੜ ਕੇ ਜਵਾਬ ਦੇ ਦਿਓ ਕਿ ਮੇਰੇ ਕੋਲ ਕਿਸੇ ਦੀ ਗੱਲ ਨੀ ਕਰਨੀ ਹੈਗੀ, ਜੇ ਕਰਨੀ ਆ ਤਾਂ ਆਪਦੀ ਘਰ ਗ੍ਰਸਤੀ ਦੀ ਆਪਦੀ ਕੋਈ ਗੱਲ ਕਰ ਲਾ, ਜੇ ਕਰਨੀ ਆ ਪਰ ਮੇਰੇ ਤੋਂ ਕਿਸੇ ਦੀਆਂ ਗੱਲਾਂ ਨੀ ਸੁਣੀਆਂ ਜਾਂਦੀਆਂ ਹੈਗੀਆਂ। ਉਹ ਤਾਂ ਠੀਕ ਆ, ਕੋਈ ਗੱਲ ਨੀ, ਉਹਨੂੰ ਇਹੀ ਕਹੂੰਗੀ ਭਾਈ ਆਪਦੀ ਕਬੀਲਦਾਰੀ ਦੀ ਗੱਲ ਕਰ ਵੀ ਤੂੰ ਕਿਵੇਂ ਆ, ਮੈਂ ਤਾਂ ਇਹੀ ਹਾਲ ਚਾਲ ਪੁੱਛਿਆ, ਉਹਨੂੰ ਵੀ ਕੰਮ ਕਾਰ ਪੁੱਛਿਆ, ਚੱਲ ਉਹਨੇ ਆ ਗੱਲ ਦੱਸਤੀ ਮੈਨੂੰ। ਮੈਨੂੰ ਦੇਖ ਲਾ ਕਿਵੇਂ ਖਿੱਚ ਕੇ ਚਲੀ ਗਈ ਆ, ਹੋਰ ਚਾਹ ਪਾਣੀ ਦੀ ਘੁੱਟ ਵੀ ਨੀ ਪੀਤੀ, ਚੱਜ ਦੀ ਗੱਲ ਕਹਿੰਦਾ ਉਹ ਵੀ ਬੁਰੀ ਲੱਗਦੀ। ਗੱਲ ਤਾਂ ਤੇਰੀ ਲੱਭਰੀ ਸਹੀ ਆ, ਐਵੇਂ ਕਿਸੇ ਦੇ ਫਾਲਤੂ ਚੁਗਲੀਆਂ ਨੀ ਕਰਨੀ ਚਾਹੀਦੀ, ਕੀ ਪਤਾ ਅਗਲਾ ਅੰਦਰੋਂ ਕਿੰਨਾ ਕੁ ਦੁਖੀ ਆ। ਇਹੀ ਤਾਂ ਗੱਲ ਕਹਿੰਦੀ ਸੀ ਮੰਮੀ ਮੈਂ ਤੁਹਾਨੂੰ, ਬਾਕੀ ਤੁਹਾਨੂੰ ਵੀ ਸਾਡਾ ਇਹੀ ਮੈਸੇਜ ਆ ਵੀ ਦੇਖੋ ਜਿਨ੍ਹਾਂ ਦੇ ਘਰੇ ਦੁੱਖ ਤਕਲੀਫ ਹੈਗਾ ਹੋਇਆ ਹੋਇਆ ਨਾ, ਕਿਸੇ ਦਾ ਧੀ ਪੁੱਤ ਦੁਖੀ ਆ ਜਾਂ ਕੋਈ ਗੱਲਬਾਤ ਹੋਈ ਹੋਈ ਆ, ਉਹ ਉਹਨਾਂ ਨੂੰ ਹੀ ਪਤਾ ਹੁੰਦਾ, ਅਸੀਂ ਤਾਂ ਬੈਠ ਕੇ ਚੁਗਲੀਆਂ ਕਰਨ ਲੱਗ ਜਾਂਦੇ ਹਾਂ, ਗੱਲਾਂ ਕਰਨ ਲੱਗ ਜਾਂਦੇ ਹਾਂ, ਕਾਹਦੇ ਵਾਸਤੇ ਜੀ? ਦੁੱਖ ਤਕਲੀਫ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਤੁਹਾਡੇ 'ਤੇ ਵੀ ਆ ਕੇ ਪੈ ਜਾਵੇ, ਇਸ ਕਰਕੇ ਕਿਸੇ ਦੀਆਂ ਗੱਲਾਂ ਕਰਨ ਨਾਲੋਂ ਪਹਿਲਾਂ ਤੁਸੀਂ ਇਹ ਸੋਚਿਆ ਕਰੋ ਵੀ ਹਰ ਇੱਕ ਦੇ ਕਰਮਾਂ ਦਾ ਹੁੰਦਾ ਫਲ।
ਆਪੋ ਆਪਦੇ ਕਰਮ ਭੁਗਤਦੇ ਆ ਸਭ, ਨਾ ਕਿਸੇ ਦੀਆਂ ਗੱਲਾਂ ਨਾ ਕਰੀਏ। ਉਹੀ ਆ ਹੋ ਕੇ ਰਹਿੰਦਾ। ਸਤਿ ਸ਼੍ਰੀ ਅਕਾਲ ਜੀ।